पूरे जग के वास्ते पंजाबी प्यारियो इसान बाजवा एक होर जट कबीले का अहवाल लैके तुहाडी खिदमत हाजिर है। असी अज तुहाडे नाल गल करांगे धारेवाल जट कबीला जिन्हों गलती नाल धारीवाल आख्या जाता है। असल लफज़ धारेवाल है तो जटा विचों ये बड़ा अत पुराना कबीला है। धारेवाल दारापाल का पुत्र तो मूढ़ा सिंह पाल का पोतरा है तो साहतापाल का पोता सी। ਇਹ ਜੰਜੂਆ ਜੱਟਾਂ ਦੀ ਲੜੀ ਦਾ ਸ਼ਾਨਦਾਰ ਜੱਟ ਕਬੀਲਾ ਗਿਣਿਆ ਜਾਂਦਾ ਹੈ। ਅਸਲ ਲਫਜ਼ ਹੈ ਧਾਰੇਵਾਲ, ਇਹਦਾ ਮਤਲਬ ਹੁੰਦਾ ਮਾਲਕ, ਨਿਗਾਹ ਰੱਖਣ ਵਾਲਾ, ਮੁਹਾਫਜ਼। ਹਿੰਦੀ ਲੋਕ ਇਹਨੂੰ ਈਸ਼ਵਰ ਆਖਦੇ ਸਨ, ਇਰਾਮੀ ਜ਼ਬਾਨ ਵਿੱਚ ਇਹਨੂੰ ਲਾਮਕ ਆਖਦੇ ਸਨ। ਧਾਰੀਵਾਲ ਦਾ ਮਤਲਬ ਹੁੰਦਾ ਗੈਰ ਔਰਤ 'ਚੋਂ ਜੰਮਿਆ ਹੋਇਆ ਬਾਲ, ਯਾਨੀ ਜਿਹੜੀ ਜੱਟ ਕਬੀਲੇ ਤੋਂ ਇਲਾਵਾ ਕੋਈ ਹੋਰ ਕਿਸੇ ਕਬੀਲੇ ਦੀ ਔਰਤ ਕਿਸੇ ਜੱਟ ਨਾਲ ਨਿਕਾਹ ਕਰੇ ਅਤੇ ਉਹਦੇ ਵਿੱਚੋਂ ਜਿਹੜਾ ਬੱਚਾ ਜੰਮਦਾ ਉਹਨੂੰ ਧਾਰੇਵਾਲ ਆਖਦੇ ਨੇ। ਇਹ ਜੱਟਾਂ ਦਾ ਸੂਰਜ ਬੰਸੀ ਕਬੀਲਾ ਅਤੇ ਧਾਰੀਵਾਲ ਕਬੀਲਾ ਜਿਹੜਾ ਜੱਟਾਂ ਦੀ ਚੰਦਰ ਬੰਸੀ ਸ਼ਾਖ ਵਿੱਚ ਵੀ ਹੈ ਸੀ। ਹਾਂਜੀ, ਅਤੇ ਉਹ ਤਰੱਗੜ ਅਤੇ ਧਾਮਰਾ ਦਾ ਭਰਾ ਸੀ ਅਤੇ ਉਹ ਬੇ ਔਲਾਦ ਫੌਤ ਹੋ ਗਿਆ ਸੀ। ਜਿਸ ਤਰ੍ਹਾਂ ਕਈ ਲੋਕ ਕਹਿੰਦੇ ਨੇ ਜੀ ਕਿ ਚੰਦਰਬੰਸੀ ਨੇ, ਅਸਲ 'ਚ ਉਹ ਬੰਦਾ ਬੇ ਔਲਾਦ ਹੋ ਗਿਆ ਸੀ, ਉਹਦਾ ਵੀ ਨਾਂ ਧਾਰੀਵਾਲ ਸੀ ਲੇਕਿਨ ਉਹ ਫੌਤ ਹੋ ਗਿਆ ਸੀ। ਇਹ ਲੋਕ ਜਿਹੜੇ ਨੇ ਧਾਰੇਵਾਲ ਪੂਰੇ ਸਿੰਧ ਵਲਾਇਤ ਬਲੋਚਿਸਤਾਨ ਅਤੇ ਪੰਜਾਬ ਵਿੱਚ ਢੇਰ ਗਿਣਤੀ ਵਿੱਚ ਵੱਸਦੇ ਨੇ। ਇਹ ਲੋਕ ਬਲੋਚਿਸਤਾਨ ਵਿੱਚ ਜਾਮ, ਡੀ ਜੀ ਖਾਂ ਮੁਲਤਾਨ ਵਿੱਚ ਮਲਕ, ਉਤਲੇ ਸਿੰਧ ਵਿੱਚ ਰਈਸ ਅਤੇ ਖਾਂ ਅਤੇ ਡੇਰਾ ਇਸਮਾਈਲ ਖਾਂ ਵਿੱਚ ਖੇਲ ਅਤੇ ਜ਼ਈ ਸਦਾਉਂਦੇ ਨੇ। ਹੁਣ ਅਸੀਂ ਵੇਖਦੇ ਹਾਂ ਵੀ ਤਾਰੀਖੀ ਤਜ਼ਕਰਿਆਂ 'ਚ ਧਾਰੇਵਾਲ ਜੱਟ ਕਬੀਲਾ ਦਾ ਜ਼ਿਕਰ ਕਿੱਥੇ ਕਿੱਥੇ ਮਿਲਦਾ ਅਤੇ ਧਾਰੇਵਾਲ ਵੀ ਅਸਲੋਂ ਇਹੋ ਕਬੀਲਾ, ਫਰਕ ਬਸ ਲਾਮ ਅਤੇ ਰੇ ਦਾ, ਬਾਕੀ ਜਿਹੜਾ ਇਹ ਮਹਿਣਾ ਇੱਕੋ ਹੀ ਹੈ। ਜਹਾਨੀਆਂ ਤੋਂ ਕਿਸਾਨ ਦੇ ਧਾਰ ਦੇ ਆਗੂ ਇਸ਼ਤਿਆਕ ਕਾਹਲੋਂ ਜੀ ਨੇ ਵੀ ਇਹਦੇ ਬਾਰੇ ਸਾਨੂੰ ਕਾਫੀ ਜਾਣਕਾਰੀ ਦਿੱਤੀ। ਗਲਾਸਰੀ ਆਫ ਟ੍ਰਾਈਬਸ ਐਂਡ ਕਾਸਟਸ ਅੰਦਰ ਧਾਰੇਵਾਲ ਦੇ ਸਰਨਾਵੇ ਹੇਠ ਲਿਖਿਆ ਹੋਇਆ ਕਿ ਇਸ ਨਾਂ ਦੀਆਂ ਦੋ ਸ਼ਕਲਾਂ ਧਾਨੀਵਾਲ ਅਤੇ ਧਾਲੀਵਾਲ ਵੀ ਮਿਲਦੀਆਂ ਨੇ ਅਤੇ ਇਹਨਾਂ ਦਾ ਨਾਂ ਧਾਰਾ ਨਗਰੀ ਨਾਲ ਜੋੜਿਆ ਜਾਂਦਾ ਹੈ। ਆਖਦੇ ਨੇ ਕਿ ਅਕਬਰ ਨੇ ਇਸ ਖਾਨਦਾਨ ਦੀ ਮਹਿਰ ਮਿੱਠਾ ਦੀ ਧੀ ਨਾਲ ਵਿਆਹ ਕਰਾਇਆ ਅਤੇ ਮਾਪਿਆਂ ਉਹਨੂੰ ਕਾਂਗੜਾ ਵਿੱਚੋਂ 100 ਘਮਾ ਭੋਏ ਦਾ ਦਾਜ ਵਿੱਚ ਦਿੱਤੀ। ਮਗਰੋਂ ਉਸ ਜ਼ਮੀਨ ਨੂੰ ਦਿੱਲੀ ਦੇ ਕਬਰਸਤਾਨ ਵਜੋਂ ਵਰਤਿਆ ਜਾਣ ਲੱਗ ਪਿਆ, ਪਰ ਅਕਬਰ ਬਾਦਸ਼ਾਹ ਦੀ ਤਾਰੀਖ ਲਿਖਣ ਵਾਲਿਆਂ ਮਹਿਰ ਮਿੱਠਾ ਦਾ, ਮਾਰ ਮਿੱਠਾ ਦਾ ਕਿਤੇ ਭੋਗ ਨਹੀਂ ਪਾਇਆ। ਉਹ ਖਾਸ ਕਰਕੇ ਉਤਲੇ ਸਤਲੁਜ ਅਤੇ ਲਹਿੰਦੇ ਪਾਸੇ ਉਪਜਾਊ ਜ਼ਮੀਨਾਂ ਵਾਲੀ ਥਾਵੇਂ ਮਿਲਦੇ ਨੇ ਅਤੇ ਉਹਨਾਂ ਦਾ ਸਦਰ ਮੁਕਾਮ ਮਾਲਵਾ ਵਿੱਚ, ਲੁਧਿਆਣਾ, ਫਿਰੋਜ਼ਪੁਰ ਅਤੇ ਪਟਿਆਲਾ ਦੇ ਨਾਲ ਲੱਗਦਿਆਂ ਇਲਾਕਿਆਂ ਵਿੱਚ ਦੱਸਦੇ ਨੇ। ਅਤੇ ਸੁਥਰੇ ਵਾਈਵਾਨ ਨੇ ਅਕਬਰ ਨੇ ਮਾਰ ਮਿੱਠਾ ਦਾ ਖਿਤਾਬ ਦੇ ਕੇ ਅਤੇ ਧੌਲਾ ਨਗਰ ਦੇ ਦੁਆਲੇ 120 ਪਿੰਡ ਇਹਨਾਂ ਨੂੰ ਜਾਗੀਰ 'ਚ ਦਿੱਤੇ ਅਤੇ ਧਾਰੇਵਾਲ ਅੱਤ ਪੁਰਾਣੇ ਵੇਲੇ ਤੋਂ ਉਸ ਇਲਾਕੇ ਵਿੱਚ ਵਸੇ ਹੋਏ ਨੇ। ਅਤੇ ਮੋਗਾ ਤਹਿਸੀਲ ਦੇ ਦੱਖਣ ਚੜ੍ਹਦੇ ਇਲਾਕੇ ਵਿੱਚ ਵੀ ਅੱਜ ਵੀ ਧਾਰੇਵਾਲ ਤੱਪਾ ਆਖਿਆ ਜਾਂਦਾ ਹੈ ਅਤੇ ਮਿੱਠਾ ਦੀਆਂ ਔਲਾਦਾਂ ਨੂੰ ਮੀਆਂ ਵੀ ਆਖਿਆ ਜਾਂਦਾ ਹੈ, ਪਰ ਉਹਨਾਂ ਸਲਾਮ ਨਾ ਕਬੂਲਿਆ, ਹਾਲਾਂ ਉਹਨਾਂ ਵਿੱਚੋਂ ਕਈ ਖਾਨਦਾਨ ਮੁਸਲਮਾਨ ਨੇ। ਧਾਰੇਵਾਲ ਉਦੀ ਅਤੇ ਮੁੰਨੀ ਦੋ ਹਿੱਸਿਆਂ 'ਚ ਵੰਡੇ ਪਏ ਨੇ ਅਤੇ ਗੁਜਰਾਂਵਾਲੇ ਦੇ ਧਾਰੇਵਾਲ ਮੁੰਨੀ ਮਾਰ ਮਿੱਠਾ ਦੇ ਮੰਨਣ ਵਾਲੇ ਨੇ। ਹੁਣ ਅਸੀਂ ਇਸ ਧਾਰੇਵਾਲ ਜਾਂ ਧਾਲੀਵਾਲ ਧਾਲੇਵਾਲ ਜੱਟ ਕਬੀਲਾ ਦਾ ਉਹ ਕੁਰਸੀਨਾਮਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੋ ਮੀਰਪੁਰ ਮਥੇਲਾ ਸਿੰਧ ਤੋਂ ਆਰੀਆ ਡਾਕਟਰ ਲਾਲ ਬਖਸ਼ ਨਾਇਕ ਚਮੱਲੀ ਜੱਟ ਨੇ ਸਾਡੇ ਨਾਲ ਸਾਂਝਾ ਕੀਤਾ। ਉਸ ਹਿਜਰੇ ਮੁਤਾਬਕ ਹਜ਼ਰਤ ਆਦਮ ਅਲੈਹਿ ਸਲਾਮ ਤੋਂ ਚੋਖਾ ਗੇਰੇ ਪੁੱਜ ਕੇ ਨਾਂ ਆਉਂਦਾ ਹਜ਼ਰਤ ਨੂਹ ਅਲੈਹਿ ਸਲਾਮ ਉਹਨਾਂ ਦਾ, ਜਿਨ੍ਹਾਂ ਨੂੰ ਹਿੰਦੀ ਵਿੱਚ ਮਨੂ ਦੂਸਰਾ ਆਖਿਆ ਗਿਆ ਅਤੇ ਉਹਨਾਂ ਦੀ ਕਬਰ ਜ਼ਿਲ੍ਹਾ ਗੁਜਰਾਤ ਕਾਠੀਆਵਾੜ ਦੇ ਪਿੰਡ ਮੰਡਾ ਵਿੱਚ ਏ ਅਤੇ ਜੋ 270 ਗਜ਼ ਲੰਮੀ ਹੈ ਅਤੇ ਉਹਨਾਂ ਨੂੰ ਉੱਥੇ ਮਨੂ ਮਹਾਰਿਸ਼ਟ ਆਖਿਆ ਜਾਂਦਾ ਹੈ। ਹਜ਼ਰਤ ਨੂਹ ਅਲੈਹਿ ਸਲਾਮ ਉਹਨਾਂ ਵਾਲੇ ਦੋ ਸਵਾਣੀਆਂ ਵਿੱਚੋਂ 7 ਪੁੱਤਰ ਹੋਏ। ਪਹਿਲੀ ਬੀਵੀ ਸਨਹਾ ਵਿੱਚੋਂ 3 ਪੁੱਤਰ ਸਾਮ, ਹਾਮ ਅਤੇ ਯਾਫਸ ਹੋਏ ਅਤੇ ਦੂਜੀ ਸਵਾਣੀ ਵਾਇਲਾ ਵਿੱਚੋਂ ਕਨਾਨ, ਯਰਨ, ਹਰਹਰ ਅਤੇ ਅਜਮ 4 ਪੁੱਤਰ ਹੋਏ। ਇਹ 5 ਮਾਂ ਪੁੱਤਰ ਜਿਹੜੇ ਨੇ ਨਾ ਬਾਅਦ 'ਚ ਪੈਦਾ ਹੋਣ ਵਾਲੇ, ਇਹ ਹਜ਼ਰਤ ਨੂਹ ਅਲੈਹਿ ਸਲਾਮ ਉਹਨਾਂ ਦੇ ਆਖੇ ਨਹੀਂ ਸਨ ਲੱਗਦੇ, ਉਹਨਾਂ ਦੇ ਗੁਸਤਾਖ ਹੋਣ ਪਰ ਉਹਨਾਂ ਦੇ ਆਖੇ ਨਾ ਲੱਗੇ ਅਤੇ ਤੂਫਾਨ ਦੇ ਨੂੰਹ ਵੇਲੇ ਉਹਨਾਂ ਦੀ ਬੇੜੀ 'ਚ ਨਾ ਬੈਠੇ, ਇਸ ਵਾਸਤੇ ਡੁੱਬ ਕੇ ਮਰ ਗਏ ਔਰ ਇਹਨਾਂ ਦੀ ਜਿਹੜੀ ਆਲ ਔਲਾਦ ਦੇ ਅੱਗੇ ਨਾ ਟੁਰੀ। ਅੱਗੋਂ ਸਾਮ ਦੀ ਨਸਲ ਜਿਹੜੀ ਇਹ ਸਾਮੀ ਸਦਾਈ ਅਤੇ ਏਸ਼ੀਆ ਵਿੱਚ ਵੱਸ ਗਈ, ਉਹ ਸਾਮੀ ਜ਼ਬਾਨ ਹੀ ਬੋਲਦੇ ਸਨ। ਹਾਮ ਦੀ ਔਲਾਦ ਅਫਰੀਕਾ 'ਚ ਜਾ ਵੱਸੀ ਅਤੇ ਯਾਫਸ ਦੀ ਨਸਲ ਜਿਹੜੀ ਹੈ ਤੁਰਕੀ, ਚੀਨ ਅਤੇ ਯੂਰਪ ਵਿੱਚ ਵੱਸ ਗਈ। ਮੁੜ ਕੇ ਸਾਮ ਦਾ ਪੁੱਤਰ ਹੋਇਆ ਅਰਫਖਾ ਸਿੰਧ, ਜਿਹਦਾ ਦੂਜਾ ਨਾਂ ਸਿੰਧ ਸੀ, ਈਸ਼ਵਰ ਜਿਹਦਾ ਦੂਜਾ ਨਾਂ ਹਿੰਦ ਸੀ।
आराम जिहदा दूजा नाम आर्मीनिया भी सी, असवर जिहदा दूजा नाम फारस सी, लूद जिहदा दूजा नाम रोम सी, बलकान, समान, कनान, कनान का ही दूजा नाम कीकान भी है, लावर, ईलाम, ईलाम नू अरब विच अरब वालिया गिलाम भी आख्या, तेमूरज। अगों अरफका सिंध, सिंध दे पुत्र होए सखर, सखर, पखर, ठट्टा, होल, हरमेश, अमर, अमर जिहड़ा सी इहदी नस्लों सिकंदर जुल करनैन होए ने, ते डागर ये गैर आरिया नस्ल सी, इन्हां विचों बहुत ज़्यादा खुदा नू नहीं सन मनदे, लेकिन कुछ जिहड़े ने दिल्ली दे लागे हिंदू वो डागर नस्ल दे ने, ते वो मतलब ये है कि मज़हब नू मनदे ने। अगला पुत्र सी जलूदर, अगला जाशर सी, जाशर का ही दूजा नाम लौजर सी, जिदे तो समूद की कौम टुरी, उदू अगला पुत्र सी गुजरात, उदू अगला पुत्र सी गारा जिदा दूजा नाम हड़प्पा भी सी, उदू अगला पुत्र टैक्सला, उदू अगला पुत्र हंड, उदू अगला पुत्र हंड का ही दूजा नाम सुआबी भी सी, अगला पुत्र आसाम सी, उदू अगले पुत्र का नाँ सी तामली, जिदे तो तामिल कौम जी तमिलनाडु के टुरी, उदू अगला पुत्र मुल मूला सी जिदे नाँ तो मुल्तान पिया तो शेपुरा पिया, उदू अगला पुत्र सी मीजूराम, तो अगला पुत्र सी मकरान जिदा दूजा नाम मकान भी है, तो अगला सी करमान, तो उदू अगला हनवादर जिदा दूजा नाँ गवादर भी है, पुराने जमाने जिन्हू गुद गदोरेशिया भी आखते सन, तो अगला पुत्र सी कीकान जिदा दूजा नाँ कलाब सी, तो उदू अगला पुत्र खुजदार, तो उदू अगला पुत्र सीस जिदे तो ईरान का सूबा सीस्तान जी के नाँ पर वसया। अगों मूला के पुत्र होए जी आसटूबर, सरवाई, तो इरम, अगों इरम का पुत्र होया ऊज, तो ऊज का पुत्र होया इरम, फिर परत के यदा सागत नाम ही सी, इरम का पुत्र होया आद, तो जी मोहन की कौम सी, अगों आद का पुत्र होया जलूद, सहरेब, सहरेब की नस्ल जी नमरूद बादशाह की नस्ल सी, पत्तण, काहू, जुकर, अरोड़, दुहागा, रोड़का, डाका, शदाद, शदीद, बाला, मेहर जिदे तो ना तो बलोचिस्तान च मेहरगढ़ का इलाका वसया, ते सुहागा। अगों जलूद दे पुत्र होए जी बा, अग्नि, अरनंद, शला, अंबर, ब्रह्मा, सुहागा, ते मोडा। अगों पा दे बा दे पुत्र होए विष्णु वेस, सुरंबू, शंकर, चेतू, सेंबू, ते गोरख, गोरख का दूजा नाँ हज़रत हूद अलैहि सलाम सी जिहड़े रसूल भी होए ने, ते अगों हज़रत हूद अलैहि सलाम दे पुत्र होए ने अरड़, जिन्हां ने हरीड़ दा, जिन्हां दे नाँ ते हरीड़ दा किला दादू दे विच आकार 100 फुट उच्चा बनाया गया, ते अगला पुत्र सी गब्बर, अगला बब्बर, अगला तंदूर, अगला बरबरा, अगला हेम, ते अगला भीम। अगों बरबरा दा पुत्र होया अबरू, अबर, ते अबरीन। मुड़ के अबरू दे पुत्र होए कैतान, सोम, महला, अग्नि, सुई, निरसल, सला, भूमि, चंद्र, मदान, सरूस, अरनंद, ते यकूब। अगों यकतान दा पुत्र होया शाहरुख, जिदा दूजा नाम मंबा सी, ते अगों उन्हां दे बेटे होए नाहूर, हज़रत अयूब अलैहि सलाम, अव्वल जिन्हां दा मुल्तान दे विच मज़ार है, बोहर गेट के अंदर बार, ई मुल्तान के बादशाह भी सन, ते रसूल भी सन। अगों हज़रत नूह, नाहूर यानी हज़रत अयूब अलैहि सलाम उन्होंने पुत्र होए जी शब्बर, ते बशर, बशर का ही दूजा नाँ ज़ुल्किफल सी, अगले का नाँ बशीर सी, ते अगला शबीर, ते अगला पुत्र खारान जेड़े अम्मा सायरा दे वालद सन, ते अगले पुत्र का नाँ तारक सी, ते अगले का नाँ आज़र सी। अगों जेड़े तारक सन ना जी, इन्हां ये हज़रत इब्राहिम अलैहि सलाम दे वालद सन, इन्हां दे अगों पुत्र होए हज़रत इब्राहिम, ते अगले पुत्र का नाँ सी फाऊर, फाऊर जेड़ा लकमान हकीम दे वालद सन, अगला नाहूर, ये नाहूर जेड़े ने लाबान ते नीतूएल दे वालद सन, लाबान दियां दो धीआं राहील ते लईआ होईआं जिहड़ियां हज़रत याकूब अलैहि सलाम नाल विआहीआं गईआं, नीतूएल दी इक धी बरमका होई जिहदा विआह हज़रत इसहाक अलैहि सलाम नाल होया, जिहदे विचों दो जोड़े पुत्र ऐसू ते हज़रत याकूब पैदा होए, ए याकूब आखदे ने पिछों आउण वाले, यानी पिछों आउण वाला। तो उन्होंने अगले पुत्र होए जेडे मतलब हारान, तो जेडे हज़रत लूद अलैहि सलाम के वालद सन, तो मुड़ के हज़रत इब्राहिम अलैहि सलाम उन्हां दीआं चार सवाणियों विचों 13 पुत्र ते दो धीआं होईआं, वड्डी सवाणी सायरा दे घर हज़रत इसहाक अलैहि सलाम होए, जिन्हां नूं हिंदी चंगर सी भगवान आख्या गया,
ਅਤੇ ਦੂਜੀ ਬੀਵੀ ਅੰਮਾ ਹਾਜ਼ਰਾਂ ਵਿੱਚੋਂ ਹਜ਼ਰਤ ਇਸਮਾਈਲ ਇਸਲਾਮ ਹੋ ਗਏ, ਜਿਨ੍ਹਾਂ ਨੂੰ ਹਿੰਦੀ ਵਿੱਚ ਅਥਰੂ ਭਗਵਾਨ ਆਖਿਆ ਗਿਆ। ਤੀਜੀ ਸੁਆਣੀ ਕਤੂਰਾ ਵਿੱਚੋਂ 6 ਪੁੱਤਰ ਅਤੇ 1 ਧੀ ਲਾਲੀ ਬਾਈ ਹੋਈ ਅਤੇ ਚੌਥੀ ਸੁਆਣੀ ਹਾਜ਼ੀਆਂ ਵਿੱਚੋਂ 5 ਪੁੱਤਰ ਅਤੇ 1 ਧੀ ਲਬੂਦਾ ਬਾਈ ਹੋਈ। ਅੱਗੋਂ ਹਜ਼ਰਤ ਇਸਮਾਈਲ ਇਸਲਾਮ ਯਾਨੀ ਜਿਹੜੇ ਅਥਰੂ ਭਗਵਾਨ ਸਨ, ਉਹਨਾਂ ਦੀਆਂ 3 ਸੁਆਣੀਆਂ ਵਿੱਚੋਂ ਔਲਾਦ ਜਿਹੜੀ ਹੈ ਬਸ ਮਿਜ਼ਾਗ ਨਾਂ ਦੀ ਸੁਆਣੀ ਵੱਲ ਹੋਈ ਅਤੇ ਬਾਕੀ ਜਿਹੜੀਆਂ ਨੇ ਨਾ ਸੁਆਣੀਆਂ ਔਲਾਦ ਕੋ ਨਹੀਂ ਹੋਈ। ਅਤੇ ਉਹਨਾਂ ਵਿੱਚੋਂ ਮਸ਼ਹੂਰ ਪੁੱਤਰ ਜਿਹੜੇ ਨੇ ਨਿਆਬੂਤ ਹੋਇਆ ਜੀ, ਅਤੇ ਅੱਗੋਂ ਕਰਨ ਜਿਹਦਾ ਦੂਜਾ ਨਾਂ ਸੀ ਮਿਸ਼ਾ ਹੋਇਆ, ਮਿਸ਼ਾ ਅਤੇ ਅਗਲਾ ਜਿਹਨੇ ਮੱਕਾ ਵਸਾਇਆ ਅਤੇ ਉਹਦਾ ਅਗਲਾ ਪੁੱਤਰ ਸੀ ਕੀਦਾਰ, ਜਿਹੜੇ ਨਵੀ ਪਾਕ ਦੇ ਜੱਦੇ ਅਮਜਦ ਸਨ। ਉਦੋਂ ਅਗਲੇ ਪੁੱਤਰਾਂ ਦਾ ਨਾਂ ਸੀ ਉਮੇਲ ਅਤੇ ਪਾਮੇਲ, ਇਹ ਸਾਹਾਬੇ ਰਸਦਾ ਹੈ। ਮੁੜ ਕੇ ਨਿਆਬੂਤ ਕਿਰਨ ਦਾ ਪੁੱਤਰ ਹੋਇਆ ਉੱਤਰੀ, ਜਿਹਦਾ ਦੂਜਾ ਨਾਂ ਅਰਚੀ ਵੀ ਸੀ। ਇਹ ਸਿੰਧ ਵਲਾਇਤ ਜੱਟ ਦੇਸ਼ ਵਿੱਚ ਪਰਤ ਕੇ ਆ ਗਈ ਇਹਦੀ ਨਸਲ। ਅਤੇ ਅਗਲਾ ਪੁੱਤਰ ਸੀ ਉਹਦਾ ਈਲਾ, ਅਤੇ ਅਗਲਾ ਅਰਮਾ, ਅਤੇ ਅਗਲਾ ਅਰੂਦ, ਅਤੇ ਅੱਗੋਂ ਨਰੀ ਅਤੇ ਵਰੂਨ ਅਤੇ ਚੰਦਰਮਾਨ। ਇਹਨਾਂ ਵਿੱਚੋਂ ਵਰੂਨ ਦੀ ਨਸਲ ਜਾਮਗਦਨੀ ਅਤੇ ਪਰਸ਼ੁਰਾਮ ਹੋਏ, ਜਿਹੜੇ ਹਿੰਦੂਆਂ ਦਾ 6ਵਾਂ ਅਵਤਾਰ ਸੀ, ਅਤੇ ਨਰੀ ਦੀ ਨਸਲੋਂ ਸੂਰਜਬੰਸੀ ਜੱਟਾਂ ਦੀ ਨਸਲ ਟੁਰੀ, ਅਤੇ ਚੰਦਰਬੰਸੀ ਜਿਹੜੀ ਚੰਦਰਮਾਨ ਤੋਂ ਚੰਦਰਬੰਸੀ ਜੱਟਾਂ ਦਾ ਮੁੱਢ ਬੱਜਾ। ਮੁੜ ਕੇ ਨਰੀ ਦਾ ਪੁੱਤਰ ਹੋਇਆ ਸੂਰਜ, ਸੂਰਜ ਦਾ ਕਸ਼ੇਪ, ਕਸ਼ੇਪ ਦਾ ਕਿਰਨ, ਕਿਰਨ ਦਾ ਕਸ਼ੇਪ, ਕਸ਼ੇਪ ਦਾ ਦਿਓਲ ਹੋਇਆ। ਦਿਓਲ ਦੇ 2 ਪੁੱਤਰ ਹੋਏ ਮਨੂ ਅਤੇ ਵੱਛਾ। ਮਨੂ ਦੀ ਨਸਲੋਂ ਰਾਮ ਚੰਦਰ ਜੀ ਹੋਏ ਅਤੇ ਵੱਛਾ ਜਿਹੜਾ ਉਹਦੇ ਤੋਂ ਅੱਗੇ ਜੱਟਾਂ ਦੀ ਦੂਜੀ ਨਸਲ ਟੁਰੀ। ਵੱਛੇ ਦਾ ਪੁੱਤਰ ਕਛਵਾ ਸੀ, ਕਛਵੇ ਦਾ ਪੁੱਤਰ ਬੁੱਧ ਸੀ, ਬੁੱਧ ਦਾ ਪੁੱਤਰ ਸ਼ਿਸ਼ਪਾਲ, ਸ਼ਿਸ਼ਪਾਲ ਦਾ ਪੁੱਤਰ ਹੰਸਾ ਚਾਲਕ, ਹੰਸਾ ਚਾਲਕ ਦਾ ਪੁੱਤਰ ਆਧੂ ਚਾਲਕ, ਆਧੂ ਚਾਲਕ ਦਾ ਪੁੱਤਰ ਨਿਰਮਲ ਚਾਲਕ, ਨਿਰਮਲ ਚਾਲਕ ਦਾ ਪੁੱਤਰ ਨਰਾਸ਼ਨਸ ਚਾਲਕ, ਨਰਾਸ਼ਨ ਚਾਲਕ ਦਾ ਪੁੱਤਰ ਮਹਿੰਦਰ ਚਾਲਕ, ਮਹਿੰਦਰ ਚਾਲਕ ਦਾ ਪੁੱਤਰ ਮਾਸ ਚਾਲਕ, ਮਾਸ ਚਾਲਕ ਦਾ ਪੁੱਤਰ ਮਾਲਕੂ ਚਾਲਕ, ਮਾਲਕੂ ਚਾਲਕ ਦਾ ਪੁੱਤਰ ਸੂਰਜ ਚਾਲਕ, ਸੂਰਜ ਚਾਲਕ ਦਾ ਪੁੱਤਰ ਲੀਲਾ ਚਾਲਕ, ਲੀਲਾ ਚਾਲਕ ਦਾ ਪੁੱਤਰ ਅੰਮ੍ਰਿਤ ਚਾਲਕ, ਅਤੇ ਅੰਮ੍ਰਿਤ ਚਾਲਕ ਦਾ ਪੁੱਤਰ ਗਿਆਨ ਚਾਲਕ, ਅਤੇ ਗਿਆਨ ਚਾਲਕ ਦਾ ਪੁੱਤਰ ਅਮਰ ਮੱਲ, ਅਤੇ ਅਮਰ ਮੱਲ ਦਾ ਪੁੱਤਰ ਗੁਲਾਬ ਚਾਲਕ, ਗੁਲਾਬ ਚਾਲਕ ਦਾ ਪੁੱਤਰ ਹਸ਼ਮਤ ਚਾਲਕ, ਅਤੇ ਹਸ਼ਮਤ ਚਾਲਕ ਦਾ ਪੁੱਤਰ ਬੂਰਾ ਚਾਲਕ, ਅਤੇ ਬੂਰਾ ਚਾਲਕ ਦਾ ਪੁੱਤਰ ਜ਼ਬਰ ਮੱਲ, ਅਤੇ ਜ਼ਬਰ ਮੱਲ ਦਾ ਪੁੱਤਰ ਹੰਸਾ ਰਾਜ, ਹੰਸਾ ਰਾਜ ਦਾ ਪੁੱਤਰ ਭੋਜ ਰਾਜ, ਅਤੇ ਭੋਜ ਰਾਜ ਦਾ ਪੁੱਤਰ ਸੂਰਜਮੁਖੀ ਰਾਜ, ਸੂਰਜਮੁਖੀ ਰਾਜ ਦਾ ਪੁੱਤਰ ਕਿਰਨ ਰਾਜ, ਕਿਰਨ ਰਾਜ ਦਾ ਪੁੱਤਰ ਚੰਦਰਸੀਨ, ਅਤੇ ਚੰਦਰਸੀਨ ਦਾ ਪੁੱਤਰ ਗਵਾ ਸਿੰਘ ਸੀਨ, ਅਤੇ ਗਵਾ ਸਿੰਘ ਸੀਨ ਦਾ ਪੁੱਤਰ ਕਵਾ ਸਿੰਘ ਸੀਨ, ਕਵਾ ਸਿੰਘ ਸੀਨ ਦਾ ਪੁੱਤਰ ਬਾਲਦਾ ਸੀਨ, ਬਾਲਦਾ ਸੀਨ ਦਾ ਪੁੱਤਰ ਦੂਰਦੇਸ਼ੀ ਰਾਜ, ਅਤੇ ਦੂਰਦੇਸ਼ੀ ਰਾਜ ਦਾ ਪੁੱਤਰ ਸੂਰਦੇਸ਼ੀ ਰੂਦੇਸ਼ੀ ਰਾਜ, ਅਤੇ ਰੂਦੇਸ਼ੀ ਰਾਜ ਦਾ ਪੁੱਤਰ ਹੰਸਾ ਸੀਨ, ਅਤੇ ਹੰਸਾ ਸੀਨ ਦਾ ਪੁੱਤਰ ਮੂਲ ਰਾਜ। ਅੱਗੋਂ ਮੂਲ ਰਾਜ ਦੇ ਪੁੱਤਰ ਹੋਏ ਜੀ ਚਾਲਕ ਰਾਜ, ਪੁਆਰ ਰਾਜ, ਭਾਟੀਆ ਰਾਜ, ਗੁਰਜਰ ਰਾਜ, ਉਨੀਰ ਰਾਜ, ਪੁਨੀਰ ਰਾਜ, ਸੁਨੀਰ ਰਾਜ, ਚੁਨੀਰ ਰਾਜ, ਪਰਮਾਰ ਰਾਜ, ਪਡਿਆਰ ਰਾਜ, ਚਲੋਕ ਰਾਜ ਜਿਹਦਾ ਦੂਜਾ ਨਾਂ ਸੋਲੰਗੀ ਵੀ ਸੀ, ਅਤੇ ਚਾਹੂ ਮਾਨ ਜਿਹਦਾ ਯਾਨੀ ਚੌਹਾਨ। ਅਤੇ ਇਹਨਾਂ ਵਿੱਚੋਂ ਆਖਰੀ 4 ਜਿਹੜੇ ਸਨ ਅਗਨਬੰਸ਼ ਦਾਂਦੇ ਨੇ, ਅਤੇ ਇਹਨਾਂ ਦੇ ਜਿਹੜੀਆਂ ਭੈਣਾਂ ਸਨ ਨਾ ਜੀ ਇਹਨਾਂ 13 ਦੀਆਂ, ਉਹ ਉਹਨਾਂ ਮੋਮਲ ਦੇਵੀ ਅਤੇ ਸੁਖੜ ਦੇਵੀ, ਸਰਲ ਦੇਵੀ ਅਤੇ ਸ਼ਪਟ ਦੇਵੀ ਹੋਈਆਂ। ਅੱਗੋਂ ਰਾਜ ਚਾਲਕ ਦੇ ਪੁੱਤਰ ਹੋਏ ਰਾਜ ਸੋਤਰਕ, ਰਾਜ ਸੰਧਿਆਲੀ, ਰਾਜ ਸੰਗਲੀ, ਰਾਜ ਉਡਾਣਾ, ਅਤੇ ਧੀਆਂ ਹੋਈਆਂ ਪਦਮਣੀ ਬਾਈ ਅਤੇ ਸੁੰਦਰੀ ਬਾਈ। ਮੁੜ ਕੇ ਸੋਤਰਕ ਜਿਹੜਾ ਅਜ਼ੀਮ ਜੱਟ ਸੀ ਜਿਹਨੇ ਯੂਨੀਵਰਸਿਟੀ ਬਣਾਈ, ਜਿਹਦਾ ਦੂਜਾ ਨਾਂ ਸ਼ਸਤਰਕ ਵੀ ਸੀ, ਸਰਕਪ ਯੂਨੀਵਰਸਿਟੀ ਜਿਹਨੂੰ ਆਖਦੇ ਨੇ, ਉਹਦੇ ਪੁੱਤਰ ਹੋਏ ਸਰੋਇਆ ਰਾਜ, ਪਸਨੀ ਜਾਂ ਪੁੰਸ਼ੀ ਰਾਜ, ਸਾਇਰੋ ਰਾਜ, ਮੰਬਾ ਰਾਜ, ਅਤੇ ਬਪਾਇਆ ਰਾਜ। ਬਪਾਇਆ ਦਾ ਦੂਜਾ ਨਾਂ ਭੂਪਾ ਵੀ ਸੀ, ਵਡੌਲ ਵੀ ਸੀ, ਇਹ ਸਾਡਾ ਬਾਜਵਿਆਂ ਦਾ ਯਾਨੀ ਬਾਜਵਾ ਜਿਹੜਾ ਬਪਾਏ ਦਾ ਪੁੱਤਰ ਸੀ। ਅਗਲਾ ਸੀ ਸਾਇਰੋ ਰਾਜ, ਅਤੇ ਅਗਲਾ ਧੀਆਂ ਹੋਈਆਂ ਇਹ ਨਾਲ ਸੋਸਲ ਦੇਵੀ ਅਤੇ ਸਵਰਧਨ ਦੇਵੀ। ਮੁੜ ਕੇ ਸਰੋਇਆ ਰਾਜ ਦੇ ਪੁੱਤਰ ਹੋਏ ਮੱਲ ਰਾਜ, ਮੱਲੀ, ਪਿੱਲਰ ਰਾ, ਸੂਦਰ ਕਸ ਰਾ, ਬਾਗੜ ਰਾ, ਗੁਰਾਇਆ ਰਾ, ਢਿੱਲੂ ਰਾ, ਅਤੇ ਤਿੱਤਰ ਰਾ, ਛੱਤਰ ਰਾ, ਸਾਂਘਾ ਰਾ, ਸਿਆਣ ਰਾ, ਬਡਗਾਮ ਰਾ, ਸੋਜਲਾ ਰਾ, ਮੁੰਗਰ ਰਾ, ਡਹਿਲ ਰਾ, ਹੰਜਰਾ, ਹੰਜ ਰਾ, ਤੋ ਸੰਝ ਰਾ ਜਿਹਦਾ ਦੂਜਾ ਨਾਂ ਕਟੌਜ ਵੀ ਸੀ, ਜਾਮ ਰਾ, ਦੰਦ ਰਾ, ਗਤਵਾਲ ਰਾ, ਚਾਂਦ ਰਾ, ਚਿਓੜ ਰਾ, ਬੱਧਣ ਰਾ, ਗੀਲੂ ਰਾ, ਸਾਂਸੀ ਰਾ, ਸੁਹਾਣ ਰਾ, ਸੋਲਾ ਰਾ, ਕਜਲਾ ਰਾ, ਅਤੇ ਧੀਆਂ ਹੋਈਆਂ ਮੋਹਰੀ ਦੇਵੀ, ਸ਼ਾਸਤਰੀ ਦੇਵੀ, ਅਤੇ ਲੱਖਣ ਦੇਵੀ, ਅਤੇ ਗੰਗਾ ਦੇਵੀ। ਇਹ ਸਰੋਏ ਦੇ ਸਾਰੇ ਜਿਹੜੇ ਪੁੱਤਰ ਨੇ ਇਹਨਾਂ ਦੇ ਨਾਂ ਤੋਂ ਅੱਗੋਂ ਜੱਟਾਂ ਦੇ ਸਾਰੇ ਕਬੀਲੇ ਟੁਰੇ। ਅੱਗੋਂ ਰਾ ਮੱਲੀ ਦੇ ਪੁੱਤਰ ਹੋਏ ਜੀ ਬੁੱਟਾ, ਡਾਰ, ਨਾਇਚ, ਸ਼ਜਰਾ, ਅਤੇ ਲੰਘਾ, ਅਤੇ ਧੀਆਂ ਹੋਈਆਂ ਗਿਆਨਰੀ ਦੇਵੀ, ਸਰਸਵਤੀ ਦੇਵੀ, ਪਦਮਣੀ ਦੇਵੀ। ਅਤੇ ਮੁੜ ਕੇ ਨਾਇਚ ਦੇ ਪੁੱਤਰ ਤੂਰ ਤੋਮੜਾ ਵੱਲ ਪੁੱਤਰ ਹੋਏ ਪਾਂਡੂ ਅਤੇ ਦਰਪਤ, ਅਤੇ ਅੱਗੋਂ ਦਰਪਤ ਦਾ ਪੁੱਤਰ ਹੋਇਆ ਮਲਪਾਲ, ਅਤੇ ਮਲਪਾਲ ਦਾ ਪੁੱਤਰ ਹੋਇਆ ਖੱਖਪਾਲ, ਅਤੇ ਖੱਖਪਾਲ ਦਾ ਪੁੱਤਰ ਹੋਇਆ ਜਾਜਵਾ ਪਾਲ, ਜਿਹਨੂੰ ਜੰਝੂਆ ਆਖਦੇ ਨੇ।
ਅਤੇ ਅੱਗੋਂ ਜੱਜੂਆਂ ਦਾ ਹੋਇਆ ਸਮਾਨੰਦ ਪਾਲ, ਅਤੇ ਸਮਾਨੰਦ ਦਾ ਪਾਲ ਦਾ ਪੁੱਤਰ ਹੋਇਆ ਬੁੱਧ ਪਾਲ, ਬੁੱਧ ਪਾਲ ਦਾ ਪੁੱਤਰ ਸਾਤਾ ਪਾਲ, ਅਤੇ ਸਾਤਾ ਪਾਲ ਦਾ ਪੁੱਤਰ ਮੂੜਾ ਸਿੰਘ ਪਾਲ, ਅਤੇ ਮੂੜਾ ਸਿੰਘ ਪਾਲ ਦਾ ਪੁੱਤਰ ਦਾਰਾ ਪਾਲ, ਅਤੇ ਦਾਰਾ ਪਾਲ ਦਾ ਪੁੱਤਰ ਧਾੜੀਵਾਲ, ਅਤੇ ਧਾੜੀਵਾਲ ਦੇ ਪੁੱਤਰ ਹੋਏ ਨੇ ਧੰਨੀਵਾਲ, ਨਾਰੀਵਾਲ, ਨਾੜੀਵਾਲ ਅਤੇ ਸਾਹੂਵਾਲ। ਅਤੇ ਧਾਰੇਵਾਲ ਜਿਹੜਾ ਇਹ ਕਬੀਲੇ ਦੇ ਖਾਲਦ ਧਾਰੇਵਾਲ ਪੰਜਾਬੀ ਦੇ ਬੜੇ ਸੁਚੱਜੇ ਕਹਾਣੀਕਾਰ ਨੇ। ਉਹ ਪਿੰਡ ਟਾਵਰੀਆਂ ਵਾਲਾ, ਤਹਿਸੀਲ ਸਿਆਲਕੋਟ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ ਦੇ ਵਾਸੀ ਨੇ। ਅਤੇ ਸੂਫੀ ਬਰਕਤ ਅਲੀ ਲੁਧਿਆਣਵੀ ਇਹ ਧਾਰੇਵਾਲ ਜੱਟ ਕਬੀਲਾ ਦੇ ਬੜੇ ਨਾਮੀ ਜੀ ਹੋਏ ਨੇ, ਬੜੇ ਨੇਕ ਅਤੇ ਬੜੇ ਬਜ਼ੁਰਗ, ਵੱਡੀ ਹਸਤੀ ਹੋਏ ਨੇ। ਮਾਲਵੇ ਅੰਦਰ ਇਹ ਧਾਰੇਵਾਲ ਦਾਲੇਵਾਲ ਅਤੇ ਮਾਝੇ ਅੰਦਰ ਧਾਰੇਵਾਲ ਅਖਵਾਉਂਦੇ ਨੇ। ਦਾਲੇਵਾਲ ਨੂੰ ਗੁਪਤ ਜੱਟ ਰਾਜ ਦੀ ਇੱਕ ਗੋਤ ਵੀ ਆਖਿਆ ਜਾਂਦਾ। ਅਤੇ ਪੂਨਾ ਸ਼ਹਿਰ ਵਿੱਚ ਜਿਹੜੀਆਂ ਤਖਤੀਆਂ ਨੇ ਉਹਦੇ ਤੋਂ ਸਿੱਧ ਹੁੰਦਾ ਵੀ ਗੁਪਤਾ ਧਾਰਮਿਕ ਜਾਂ ਧਾਲੇਵਾਲ ਸਨ। ਸਾਂਝੇ ਪੰਜਾਬ ਵਿੱਚ ਧਾਲੇਵਾਲ ਜੱਟਾਂ ਦੀ ਗਿਣਤੀ 1881 ਦੀ ਮਰਦਮਸ਼ੁਮਾਰੀ ਵਿੱਚ 77,660 ਸੀ। ਧੰਨਾ ਭਗਤ ਰਾਜਸਥਾਨ ਦੇ ਧਾਰੇਵਾਲ ਜੱਟ ਸੀ ਅਤੇ 1416 ਵਿੱਚ ਪਿੰਡ ਢੂਹਾਂ ਰਾਜਸਥਾਨ ਵਿੱਚ ਜੰਮਿਆ। ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ ਤਿੰਨ ਸ਼ਬਦ ਗੁਰੂ ਅਰਜਨ ਜੀ ਨੇ, ਅਰਜਨ ਦੇਵ ਜੀ ਨੇ ਪਾਏ ਨੇ। ਦਿੱਲੀ ਨੂੰ ਤਿੰਨ ਵਾਰੀ ਫਤਿਹ ਕਰਨ ਵਾਲਾ ਜਰਨੈਲ ਬਾਬਾ ਬਘੇਲ ਸਿੰਘ ਧਾਰੇਵਾਲ ਜੱਟ 1730 ਨੂੰ ਇਹ ਤਰਨ ਤਾਰਨ ਵਿੱਚ ਜੰਮਿਆ ਅਤੇ 1765 ਨੂੰ ਉਹ ਕਰੋੜ ਸਿੰਘੀਆ ਮਿਸਲ ਦਾ ਆਗੂ ਬਣਿਆ ਅਤੇ ਉਸ 11 ਮਾਰਚ 1783 ਨੂੰ ਲਾਲ ਕਿਲੇ ਨੂੰ ਕਬਜ਼ੇ ਕੀਤਾ। ਅਕਾਲੀ ਲੀਡਰ ਧੰਨਾ ਸਿੰਘ ਗੁਲਸ਼ਨ ਵੀ ਧਾਲੇਵਾਲ ਸੀ। ਪੰਜਾਬ ਅੰਦਰ ਧਾਰੇਵਾਲ ਜੱਟਾਂ ਦੇ ਕਈ ਪਿੰਡ ਨੇ ਅਤੇ ਇਹਨਾਂ ਦੇ ਮਤਲਬ ਜਿਵੇਂ ਸਰਦੂਲਗੜ੍ਹ ਪੈਂਦੇ ਨੇ। ਮੁਸਲਮਾਨ ਪਚਾਦਿਆਂ ਨਾਲ ਇੱਕ ਭੇੜ ਵਿੱਚ ਬਾਬਾ ਸਿੱਧ ਭੋਏ ਉਹਨਾਂ ਦਾ ਨਾਂ ਸੀ, ਉਹ ਫੌਤ ਹੋ ਗਿਆ ਸੀ ਅਤੇ ਉਹਦੇ ਮਤਲਬ ਕਿ ਇੱਕ ਪੰਡਿਤ ਜਿਹੜਾ ਉੱਥੋਂ ਨੱਠ ਗਿਆ ਸੀ ਅਤੇ ਮਗਰੋਂ ਲੱਲੂ ਬਾਬਾ ਜਿਹੜਾ ਸਿੱਧ ਏ ਉਹਦਾ ਉੱਥੇ ਮਜ਼ਾਰ ਬਣਿਆ ਅਤੇ ਲੱਲੂ ਜਿਹੜਾ ਉੱਥੇ ਸਮਾਧ ਜਿਹੜੀ ਹੈ ਉਹ ਮਤਲਬ ਉਹ ਬਣਾਈ ਗਈ ਹੈ। ਉੱਥੇ ਪੰਡਿਤਾਂ ਨੂੰ ਭੰਡਾਰਾ ਨਹੀਂ ਦਿੰਦੇ, ਸਗੋਂ ਉਹ ਮਤਲਬ ਮਰਾਸੀ ਨੂੰ ਭੰਡਾਰਾ ਦਿੰਦੇ ਨੇ। ਔਰ ਇਹ ਲੋਕ ਪੰਡਿਤਾਂ ਨੂੰ ਚੰਗਾ ਨਹੀਂ ਸਮਝਦੇ। ਮਹਾਰਾਜਾ ਰਣਜੀਤ ਸਿੰਘ ਵੀ ਧਾਲੇਵਾਲ ਜੱਟਾਂ ਦੀਆਂ ਜ਼ਮੀਨਾਂ ਇਹਨੇ ਮਹਾਰਾਜਾ ਰਣਜੀਤ ਸਿੰਘ ਨੇ ਖੋਲ੍ਹੀਆਂ ਅਤੇ ਅੰਗਰੇਜ਼ ਵੀ ਇਹਨਾਂ ਨੂੰ ਚੰਗਿਓ ਨਹੀਂ ਸਨ ਜਾਣਦੇ। ਅਜੋਕੇ ਸਮੇਂ ਵਿੱਚ ਸਾਲਾਰ ਵਾਲਾ ਦੇ ਜਿਹੜੇ ਸੂਫੀ ਬਜ਼ੁਰਗ ਮਤਲਬ ਸੂਫੀ ਬਰਕਤ ਅਲੀ ਲੁਧਿਆਣਵੀ ਬੜੇ ਨਾਮ ਸ਼ਾਨ ਵਾਲੇ ਅਤੇ ਜੱਗ ਜਾਣੇ ਬਜ਼ੁਰਗ ਨੇ। ਅਤੇ ਇਹਦੇ ਤੋਂ ਇਲਾਵਾ ਅਲਚੱਕ ਦੇ ਬਲਦੇਵ ਸਿੰਘ ਧਾਰੇਵਾਲ ਨੇ। ਅਤੇ ਇਹਦੇ ਤੋਂ ਇਲਾਵਾ ਇਸ ਕਬੀਲੇ ਦੇ ਲੋਕਾਂ ਨੇ ਇੱਕ ਤਗੜੇ ਗਰੁੱਪ ਨੂੰ ਸਵੀਡਨ ਵਿੱਚ ਮਦਰ ਕਿਊਮ ਧਾਰੇਵਾਲ ਚਲਾਉਂਦੇ ਨੇ ਅਤੇ ਸਾਊਦੀ ਅਰਬ ਬੈਠੇ ਫਰਾਜ਼ ਨਾਸਰ ਧਾਰੇਵਾਲ ਜੱਗ ਜਾਣੇ ਸੋਸ਼ਲ ਮੀਡੀਆ ਦੇ ਧਰਨਾਟ ਨੇ। ਤੋ ਪਿਆਰਿਓ, ਇਹ ਸੀ ਧਾਰੇਵਾਲ ਜਾਂ ਦਾਲੇਵਾਲ ਜੱਟ ਕਬੀਲਾ, ਜਿਹਨੂੰ ਗਲਤੀ ਨਾਲ ਧਾੜੀਵਾਲ ਜਾਂ ਦਾਲੀਵਾਲ ਪ੍ਰੋਨਾਊਂਸ ਕੀਤਾ ਜਾਂਦਾ। ਤੋ ਸਾਡੀ ਕਾਰ ਦੇ ਮੁਤਾਬਕ ਇਹ ਧਾਰੇਵਾਲ ਜਾਂ ਧਾਰੀ ਦਾਲੀ ਦਾਲੇਵਾਲ ਹੈ। ਤੋ ਇਹਦੇ ਨਾਲ ਹੀ ਸਾਨ ਬਾਜਵਾ ਨੂੰ ਇਜਾਜ਼ਤ ਦਿਓ, ਜਿਉਂਦੇ ਵਾਸਤੇ ਰਹੋ। ਤੁਹਾਡੇ ਨਾਲ ਮਿਲਦੇ ਹਾਂ ਕਿਸੇ ਅਗਲੇ ਜੱਟ ਕਬੀਲੇ ਦੇ ਅਹਿਵਾਲ ਦੇ ਨਾਲ।